ਪੰਜਾਬ ਦੇ ਵਿੱਚ ਕਰਫਿਊ ਦਾ ਮਾਹੌਲ ਹੈ ਅਤੇ ਪੁਲਿਸ ਬਾਰ ਬਾਰ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀਆਂ ਅਪੀਲਾਂ ਕਰ ਰਹੀ ਹੈ। ਇਸੇ ਦੇ ਚੱਲਦੇ ਅੰਮ੍ਰਿਤਸਰ ਵਿਖੇ ਕੁਝ ਲੋਕ ਆਪਣੀ ਘਰ ਦੀ ਛੱਤ ਤੇ ਬੈਠ ਕੇ ਟਾਈਮ ਪਾਸ ਕਰ ਰਹੇ ਸਨ। ਇਹ ਲੋਕ ਤਾਸ਼ ਖੇਡ ਰਹੇ ਸਨ, ਪਰ ਜਦੋਂ ਪੁਲਿਸ ਨੇ ਇਹਨਾਂ ਲੋਕਾਂ ਤੇ ਧਾਵਾ ਬੋਲਿਆ ਤਾਂ ਇਹ ਲੋਕ ਜਲਦੀ ਦੇ ਵਿੱਚ ਭੱਜਣ ਲੱਗੇ। ਇਸੇ ਦੇ ਚੱਲਦੇ ਦੋ ਨੌਜਵਾਨਾਂ ਨੇ ਆਪਣੇ ਘਰ ਦੀ ਛੱਤ ਤੋਂ ਹੀ ਛਲਾਂਗ ਮਾਰ ਦਿੱਤੀ। ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਰੂਪ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਹੈ। ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਇਹਨਾਂ ਨੂੰ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਜ਼ਬਰਦਸਤੀ ਉਹਨਾਂ ਦੇ ਘਰ ਦੇ ਵਿੱਚ ਆ ਕੇ ਉਹਨਾਂ ਨੂੰ ਡਰਾਇਆ। ਇਸੇ ਦੇ ਚੱਲਦੇ ਇਹਨਾਂ ਨੌਜਵਾਨਾਂ ਨੇ ਘਰ ਦੀ ਛੱਤ ਤੋਂ ਛਲਾਂਗ ਲਗਾ ਦਿੱਤੀ। ਭਾਜੀ ਕੋਠੇ 'ਤੇ ਬੈਠੇ ਸੀ, ਤਾਸ਼ ਖੇਡਣ ਡਿਆ ਸੀ ਅਤੇ ਪੁਲਿਸ ਆ ਗਈ ਅਤੇ ਉਹ ਭੱਜੇ ਆ ਡਰਦੇ, ਕੰਧਾਂ ਕੰਧ ਤੋਂ ਛਾਲ ਮਾਰ ਦਿੱਤੀ ਕੋਠੇ ਤੋਂ। ਠੀਕ ਹੈ, ਅਤੇ ਬਾਅਦ ਪੁਲਿਸ ਨੇ ਫੜ ਕੇ ਖੜਿਆ ਜਾਂ ਪੁਲਿਸ ਚੱਲ ਗਈ? ਪੁਲਿਸ ਚਲੇ ਗਈ ਆ, ਇੱਕ ਦੀ ਡੈਥ ਹੋ ਗਈ ਆ, ਇਹਨਾਂ ਦੀ ਲੱਤ ਟੁੱਟ ਗਈ ਨਾਲੇ ਗੋਡ ਟੁੱਟ ਗਿਆ। ਮੈਂ ਬੜੀ ਗਰੀਬ ਬਣੀ ਜੇ, ਇਲਾਜ ਕਰਾਉਣ ਨੂੰ ਮੇਰੇ ਕੋਲ ਪੈਸਾ ਵੀ ਨਹੀਂ ਹੈਗਾ, ਮੈਂ ਕਿਰਾਏ 'ਤੇ ਰਹਿੰਦੀ ਜੇ। ਠੀਕ ਹੈ, ਦੋ ਮੇਰੇ ਬੱਚੇ ਜੇ, ਠੀਕ ਹੈ, ਇੱਕ ਬੇਟੀ ਇੱਕ ਬੇਟਾ, ਲੈ ਕੇ ਗਏ ਆ ਤੇ ਉਹ ਕਹਿੰਦੇ ਆ ਵੀ ਹਸਪਤਾਲ ਲੈ ਕੇ ਜਾਓ, ਮੈਂ ਨਹੀਂ ਆ ਇੱਥੇ ਹੈਗੀ ਕਿਤੇ। ਇਹ ਤਾਸ਼ ਖੇਡਣ ਦੇ ਹਾਂ ਜੀ ਅਤੇ ਉੱਧਰ ਪੁਲਿਸ ਆ ਗਈ ਅਤੇ ਭੱਜਿਆ ਨਹੀਂ ਗਿਆ, ਅਸੀਂ ਕੋਠੇ ਤੋਂ ਛਾਲ ਮਾਰਤੀ, ਮੈਂ ਅਸੀਂ ਉੱਤ ਪੁਲਿਸ ਵਾਲੇ ਨਾਲ ਕਿਤੇ ਮਾਰਨ ਕੁੱਟਣ ਤਾਂ ਕਰਕੇ ਅਸੀਂ ਛਾਲ ਮਾਰਤੀ। ਮੀਡੀਆ ਕਰਮਚਾਰੀਆਂ ਨੂੰ ਦੇਖ ਕੇ ਪੁਲਿਸ ਆਪਣੀ ਗੱਡੀ ਦੇ ਵਿੱਚ ਚੱਲਦੀ ਬਣੀ। ਫੋਨ 'ਤੇ ਪੁਲਿਸ ਅਧਿਕਾਰੀਆਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਕਰੀਬ 3 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ।